ਸਤਿ ਸ਼੍ਰੀ ਅਕਾਲ ਜੀ। ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਾਰਥ ਅਮਰੀਕਾ ਨਿਊਜ਼ ਵਿੱਚ ਸਵਾਗਤ ਹੈ। ਮੈਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ ਅਤੇ ਖਬਰਾਂ ਦੀ ਸ਼ੁਰੂਆਤ ਕਰ ਲੈਂਦੇ ਹਾਂ। ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਮਾਈਕਲ ਬਲੂਮਬਰਗ ਨੇ ਕਿਹਾ ਹੈ ਕਿ ਅਮਰੀਕਾ ਨੂੰ ਘੱਟ ਦੀ ਬਜਾਏ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਦੀ ਲੋੜ ਹੈ। ਮੰਗਲਵਾਰ ਨੂੰ ਡੈਮੋਕ੍ਰੈਟਿਕ ਨਾਮਜ਼ਦਗੀ ਲਈ ਆਪਣੇ ਦੂਸਰੇ ਦਿਨ ਦੇ ਚੋਣ ਪ੍ਰਚਾਰ ਵਿੱਚ ਨਿਊਯਾਰਕ ਦੇ ਸਾਬਕਾ ਮੇਅਰ ਨੇ ਇਮੀਗ੍ਰੇਸ਼ਨ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਪਾਬੰਦੀਸ਼ੁਦਾ ਨੀਤੀਆਂ ਅਤੇ ਪ੍ਰਵਾਸੀਆਂ ਵੱਲੋਂ ਮਲਟੀਕਲਚਰਲ ਸਮਾਜ ਬਣਾਉਣ 'ਤੇ ਆਪਣੇ ਵਿਚਾਰ ਰੱਖੇ। ਫੀਨਿਕਸ ਦੇ ਮੈਕਸੀਕਨ ਰੈਸਟੋਰੈਂਟ ਵਿੱਚ ਉਹਨਾਂ ਨੇ ਮੀਡੀਆ ਨੂੰ ਕਿਹਾ ਕਿ ਦੇਸ਼ ਦੀ ਲੋੜ ਦੇ ਮੁਤਾਬਕ ਵੱਖ ਵੱਖ ਤਰ੍ਹਾਂ ਦੀਆਂ ਨੌਕਰੀਆਂ ਦੇ ਲਈ ਸਾਨੂੰ ਪ੍ਰਵਾਸੀਆਂ ਦੀ ਲੋੜ ਹੈ। ਪ੍ਰਵਾਸੀਆਂ ਦੇ ਨਾਲ ਸਾਡੀ ਸੰਸਕ੍ਰਿਤੀ ਬਿਹਤਰ ਹੋਵੇਗੀ, ਸਾਡੀ ਵਾਕਸ਼ੈਲੀ ਬਿਹਤਰ ਹੋਵੇਗੀ, ਸਾਡਾ ਧਰਮ ਅਤੇ ਦੂਜੇ ਦੇਸ਼ਾਂ ਦੇ ਨਾਲ ਸਾਡੇ ਰਿਸ਼ਤੇ ਬਿਹਤਰ ਹੋਣਗੇ। ਇਸ ਦੇ ਨਾਲ ਹੀ ਸਾਡੀ ਅਰਥ ਵਿਵਸਥਾ ਵਿੱਚ ਵੀ ਸੁਧਾਰ ਆਵੇਗਾ। ਉਹਨਾਂ ਨੇ ਟਰੰਪ ਦੀਆਂ ਨੀਤੀਆਂ 'ਤੇ ਨਿਸ਼ਾਨਾ ਵਹਿੰਦੇ ਹੋਏ ਕਿਹਾ ਕਿ ਟਰੰਪ ਦੀਆਂ ਨੀਤੀਆਂ ਦੇ ਕਾਰਨ ਸੀਮਾ ਦੇ ਲੋਕ ਆਪਣੇ ਪਰਿਵਾਰ ਤੋਂ ਵਿਛੜ ਗਏ ਨੇ। ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਤੋਂ ਦੂਰ ਕਰਨਾ ਸ਼ਰਮ ਦੀ ਗੱਲ ਹੈ। ਬਲੂਮਬਰਗ ਨੇ ਵੀ ਕਿਹਾ ਕਿ ਤੁਸੀਂ ਕਿੰਨੀ ਵਾਰ ਸੁਣਿਆ ਹੈ ਕਿ ਕੋਈ ਚੁਣਿਆ ਹੋਇਆ ਵਿਅਕਤੀ ਕਹਿੰਦਾ ਹੋਵੇ ਕਿ ਮੈਂ ਗਲਤੀ ਕੀਤੀ ਹੈ। ਉਹਨਾਂ ਨੇ ਅੱਗੇ ਕਿਹਾ ਕਿ ਸਾਡੇ ਵਿੱਚੋਂ ਕੋਈ ਵੀ ਸਭ ਕੁਝ ਪੂਰੀ ਤਰ੍ਹਾਂ ਸਹੀ ਨਹੀਂ ਕਰ ਸਕਦਾ। ਜੋ ਕੁਝ ਵੀ ਹੋਇਆ ਉਸ ਦੇ ਲਈ ਮੈਂ ਮਾਫ਼ੀ ਮੰਗਦਾ ਹਾਂ। ਮੈਂ ਇਤਿਹਾਸ ਨੂੰ ਬਦਲ ਤਾਂ ਨਹੀਂ ਸਕਦਾ, ਆਓ ਇਸ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਅਮੇਜ਼ਨ ਦੇ ਜੰਗਲਾਂ ਵਿੱਚ ਲੱਗੀ ਅੱਗ ਤੋਂ ਬਾਅਦ ਹੁਣ ਕੈਲੀਫੋਰਨੀਆ ਵਿੱਚ ਲਾਸ ਪੈਡਰੇਸ ਨੈਸ਼ਨਲ ਫਾਰੈਸਟ ਦੇ ਜੰਗਲਾਂ ਵਿੱਚ ਭਿਆਨਕ ਅੱਗ ਲੱਗ ਗਈ ਹੈ। ਇਹ ਅੱਗ 17.4 ਵਰਗ ਕਿਲੋਮੀਟਰ ਦੇ ਇਲਾਕੇ ਵਿੱਚ ਫੈਲੀ ਹੋਈ ਹੈ। ਹਵਾ ਤੇਜ਼ ਹੋਣ ਦੇ ਕਾਰਨ ਅੱਗ 'ਤੇ ਕਾਬੂ ਪਾਉਣਾ ਕਾਫੀ ਮੁਸ਼ਕਲ ਹੈ। ਕੈਲੀਫੋਰਨੀਆ ਦੇ ਫਾਇਰ ਡਿਪਾਰਟਮੈਂਟ ਦੇ 600 ਕਰਮਚਾਰੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਨੇ, ਪਰ ਫਿਲਹਾਲ ਇਸ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਹੈਲੀਕਾਪਟਰ ਦੇ ਨਾਲ ਵੀ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ। ਦੱਸਿਆ ਜਾ ਰਿਹਾ ਹੈ ਕਿ ਲਾਸ ਪੈਡਰੇਸ ਨੈਸ਼ਨਲ ਫਾਰੈਸਟ ਵਿੱਚ ਧਮਾਕਾ ਹੋਇਆ ਸੀ। ਇਸ ਤੋਂ ਬਾਅਦ ਲਾਸ ਏਂਜਲਸ ਦੇ ਉੱਤਰ ਵਿੱਚ 2 ਘੰਟੇ ਡਰਾਈਵ ਅਤੇ ਸਾਂਤਾ ਬਾਰਬਰਾ ਅਤੇ ਗੁਲੇਟਾ ਦੇ ਸ਼ਹਿਰਾਂ ਦੇ ਨੇੜੇ ਕਰੀਬ 17.4 ਵਰਗ ਕਿਲੋਮੀਟਰ ਦੀ ਜ਼ਮੀਨ ਸੜ ਗਈ ਅਤੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਹਵਾ ਤੇਜ਼ ਹੋਣ ਦੇ ਕਾਰਨ ਅੱਗ ਵੱਧਦੀ ਗਈ ਅਤੇ ਇਸ ਦੇ ਕਾਰਨ ਨੇੜੇ ਦੇ ਹਜ਼ਾਰਾਂ ਘਰਾਂ ਵਿੱਚ ਰਹਿਣ ਵਾਲੇ ਲੋਕ ਵੀ ਕਾਫ਼ੀ ਪਰੇਸ਼ਾਨ ਨੇ। ਅੱਗ ਦੇ ਵੱਧਦੇ ਹੋਏ ਰੂਪ ਨੂੰ ਵੇਖਦੇ ਹੋਏ ਹੁਣ ਇਸ ਜੰਗਲ ਦੇ ਨੇੜੇ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਇਲਾਕਾ ਛੱਡਣ ਲਈ ਕਿਹਾ ਗਿਆ ਹੈ। ਉਹਨਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਇਸ ਦੌਰਾਨ ਵੱਡੇ ਪੈਮਾਨੇ 'ਤੇ ਇਲਾਕੇ ਵਿੱਚ ਬਿਜਲੀ ਸਪਲਾਈ ਵੀ ਬੰਦ ਕਰ ਦਿੱਤੀ ਗਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਦੇ ਭਾਸ਼ਣ ਦੇ ਦੌਰਾਨ ਵਿਦਿਆਰਥੀਆਂ ਨੇ ਕਾਫੀ ਸ਼ੋਰ ਮਚਾਇਆ। ਇਹ ਘਟਨਾ ਮੰਗਲਵਾਰ ਨੂੰ ਬਾਲਟੀਮੋਰ ਵਿੱਚ ਹੋਏ ਯੂਥ ਸੰਮੇਲਨ ਦੌਰਾਨ ਵਾਪਰੀ। ਮੇਲਾਨੀਆ ਇੱਥੇ ਨਸ਼ੇ ਦੀ ਆਦਤ ਨਾਲ ਜੁੜੇ ਖਤਰਿਆਂ 'ਤੇ ਬੋਲ ਰਹੀ ਸੀ। ਜਿਵੇਂ ਹੀ ਮੇਲਾਨੀਆ ਮੰਚ 'ਤੇ ਪਹੁੰਚੀ ਤਾਂ ਦਰਸ਼ਕਾਂ ਦੀ ਗੈਲਰੀ ਵਿੱਚ ਬੈਠੇ ਵਿਦਿਆਰਥੀ ਸ਼ੋਰ ਮਚਾਉਣ ਲੱਗੇ। ਇਸ ਦੇ ਕਾਰਨ ਉਹ ਸਿਰਫ 5 ਮਿੰਟ ਹੀ ਬੋਲ ਪਾਈ। ਕੁਝ ਦਿਨ ਪਹਿਲਾਂ ਹੀ ਬੋਸਟਨ ਮੈਡੀਕਲ ਸੈਂਟਰ ਵਿੱਚ ਵੀ ਉਹਨਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਪ੍ਰਦਰਸ਼ਨਕਾਰੀ ਟਰੰਪ ਦੀ ਇਮੀਗ੍ਰੇਸ਼ਨ ਨੀਤੀ ਦਾ ਵਿਰੋਧ ਕਰ ਰਹੇ ਸਨ। ਖੁਦ ਟਰੰਪ ਨੇ ਵੀ ਇਸੇ ਸਾਲ ਜੁਲਾਈ ਵਿੱਚ ਬਾਲਟੀਮੋਰ ਸ਼ਹਿਰ ਨੂੰ ਲੈ ਕੇ ਇੱਕ ਵਿਵਾਦਮਈ ਟਵੀਟ ਕੀਤਾ ਸੀ, ਜਿਸ ਦੇ ਬਾਅਦ ਕਾਫੀ ਹੰਗਾਮਾ ਹੋਇਆ ਸੀ। ਟਰੰਪ ਨੇ ਸ਼ਹਿਰ ਦੀ ਤੁਲਨਾ ਗੰਦਗੀ ਫੈਲਾਉਣ ਵਾਲੇ ਚੂਹਿਆਂ ਨਾਲ ਕਰ ਦਿੱਤੀ ਸੀ ਅਤੇ ਇਸ ਨੂੰ ਕਿਸੇ ਵਿਅਕਤੀ ਦੇ ਰਹਿਣ ਦੇ ਲਾਇਕ ਨਹੀਂ ਦੱਸਿਆ ਸੀ। ਡੈਮੋਕ੍ਰੈਟਿਕ ਨੇਤਾਵਾਂ ਨੇ ਵੀ ਟਰੰਪ ਦੀ ਇਸ ਟਿੱਪਣੀ ਨੂੰ ਨਸਲਵਾਦੀ ਦੱਸਿਆ ਸੀ। ਅਮਰੀਕਾ ਦੇ ਵਾਸ਼ਿੰਗਟਨ ਡੀਸੀ ਅਤੇ ਵਾਈਟ ਹਾਊਸ ਵਿੱਚ ਹਵਾਈ ਖੇਤਰ ਦੀ ਉਲੰਘਣਾ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦੀ ਰਿਹਾਇਸ਼ ਨੂੰ ਲਾਕਡਾਊਨ 'ਤੇ ਰੱਖਿਆ ਗਿਆ ਹੈ। US ਨਾਰਦਰਨ ਕਮਾਂਡ ਦੇ ਮੁਤਾਬਕ ਹਵਾਈ ਖੇਤਰ ਦੀ ਉਲੰਘਣਾ ਤੋਂ ਬਾਅਦ ਫਾਈਟਰ ਜੈੱਟ ਨੂੰ ਖਦੇੜਿਆ ਗਿਆ। ਜਾਣਕਾਰੀ ਮੁਤਾਬਕ ਵਾਸ਼ਿੰਗਟਨ ਡੀਸੀ ਉੱਥੋਂ ਦੀ ਸੁਰੱਖਿਆ ਨੂੰ ਲੈ ਕੇ ਅਲਰਟ 'ਤੇ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਪਾਬੰਦੀਸ਼ੁਦਾ ਖੇਤਰ ਵਿੱਚ ਫਾਈਟਰ ਜੈੱਟ ਦਾਖਲ ਹੋ ਗਏ, ਜਿਸ ਤੋਂ ਬਾਅਦ ਉਹਨਾਂ ਨੂੰ ਉੱਥੋਂ ਖਦੇੜਤਾ ਦਿੱਤਾ ਗਿਆ। ਨਾਲ ਹੀ ਅਮਰੀਕੀ ਰਾਜਧਾਨੀ ਵਿੱਚ ਸਥਿਤ ਦਫ਼ਤਰ ਅਤੇ ਭਵਨਾਂ ਨੂੰ ਪੂਰੀ ਤਰ੍ਹਾਂ ਖਾਲੀ ਵੀ ਕਰ ਦਿੱਤਾ ਗਿਆ। ਦੱਸਦੀਏ ਕਿ ਇਸ ਖੇਤਰ ਵਿੱਚ ਇੱਕ ਛੋਟੇ ਜਹਾਜ਼ ਨੂੰ ਦੇਖਿਆ ਗਿਆ ਸੀ, ਜਿਸ ਤੋਂ ਬਾਅਦ US ਦੀਆਂ ਏਜੰਸੀਆਂ ਅਲਰਟ 'ਤੇ ਨੇ। ਅਧਿਕਾਰੀਆਂ ਨੇ ਦੱਸਿਆ ਕਿ ਇਸ ਛੋਟੇ ਜਿਹੇ ਜਹਾਜ਼ ਨੇ ਅਮਰੀਕਾ ਦੇ ਪਾਬੰਦੀਸ਼ੁਦਾ ਖੇਤਰ ਵਿੱਚ ਹਵਾਈ ਖੇਤਰ ਦੇ ਨਿਯਮਾਂ ਦੀ ਉਲੰਘਣਾ ਕੀਤੀ। ਲੋਕਾਂ ਨੂੰ ਉੱਥੋਂ ਅਹਿਤਿਆਤ ਵਜੋਂ ਬਾਹਰ ਕੱਢਣ ਦਾ ਹੁਕਮ ਦਿੱਤਾ ਗਿਆ ਅਤੇ ਲਗਭਗ 1.5 ਘੰਟੇ ਤੱਕ ਲੋਕ ਬਾਹਰ ਹੀ ਰਹੇ। ਹਾਲਾਂਕਿ ਇਸ ਤੋਂ ਬਾਅਦ ਲੋਕਾਂ ਨੂੰ ਅੰਦਰ ਦਫ਼ਤਰ ਵਿੱਚ ਜਾਣ ਨੂੰ ਕਹਿ ਦਿੱਤਾ ਗਿਆ। US ਸੀਕਰਟ ਸਰਵਿਸ ਨੇ ਦੱਸਿਆ ਕਿ ਵਾਈਟ ਹਾਊਸ ਦੇ ਮੁਲਾਜ਼ਮਾਂ ਨੂੰ ਇੱਕ ਜਗ੍ਹਾ 'ਤੇ ਬਣੇ ਰਹਿਣ ਲਈ ਕਿਹਾ ਗਿਆ ਸੀ। ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਅਨਿਲ ਰਾਜ ਦੀ ਕਾਬਲ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਮੌਤ ਹੋਣ ਦੀ ਖਬਰ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਇਸ ਜਾਣਕਾਰੀ ਦਿੱਤੀ ਹੈ। ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਵਿੱਚ 24 ਨਵੰਬਰ ਨੂੰ ਅੱਤਵਾਦੀ ਹਮਲਾ ਹੋਇਆ ਸੀ, ਜਿਸ ਵਿੱਚ ਯੂਨਾਈਟਿਡ ਨੇਸ਼ਨਜ਼ ਦੀ ਇੱਕ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਮਾਈਕ ਪੋਂਪੀਓ ਨੇ ਮੀਡੀਆ ਨੂੰ ਦੱਸਿਆ ਕਿ ਬਹੁਤ ਹੀ ਭਾਰੀ ਮਨ ਦੇ ਨਾਲ ਦੱਸਣਾ ਪੈ ਰਿਹਾ ਹੈ ਕਿ ਅਮਰੀਕੀ ਨਾਗਰਿਕ ਕੈਲੀਫੋਰਨੀਆ ਦੇ ਅਨਿਲ ਰਾਜ ਦੀ 24 ਨਵੰਬਰ ਨੂੰ ਕਾਬਲ ਵਿੱਚ UN ਦੀ ਗੱਡੀ 'ਤੇ ਹੋਏ ਅੱਤਵਾਦੀ ਹਮਲੇ ਵਿੱਚ ਮੌਤ ਹੋ ਗਈ ਹੈ। ਪੋਂਪੀਓ ਨੇ ਇਸ ਦੇ ਨਾਲ ਹੀ
ਅਨਿਲ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਹਮਦਰਦੀ ਵੀ ਪ੍ਰਗਟ ਕੀਤੀ। ਇਸ ਦੇ ਇਲਾਵਾ ਹਮਲੇ ਵਿੱਚ ਜ਼ਖਮੀ ਹੋਏ ਲੋਕਾਂ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਵੀ ਕੀਤੀ। ਪੋਂਪੀਓ ਨੇ ਅੱਗੇ ਕਿਹਾ ਕਿ ਅਫਗਾਨ ਦੇ ਲੋਕਾਂ ਦੀ ਮਦਦ ਕਰਨ ਵਾਲੇ UN ਕਰਮਚਾਰੀ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲੇ ਸਾਡੀ ਸਮਝ ਤੋਂ ਪਰੇ ਨੇ ਅਤੇ ਅਸੀਂ ਇਸ ਦੀ ਸਖ਼ਤ ਨਿੰਦਾ ਕਰਦੇ ਹਾਂ। ਵਿਦੇਸ਼ ਵਿਭਾਗ ਵੱਲੋਂ ਅਨਰਾਜ਼ ਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ। ਇਸ ਹਮਲੇ ਦੀ ਜ਼ਿੰਮੇਵਾਰੀ ਕਿਸੇ ਵੀ ਸੰਗਠਨ ਨੇ ਨਹੀਂ ਲਈ, ਪਰ ਜਿਹੜੀ ਜਗ੍ਹਾ 'ਤੇ ਹਮਲਾ ਹੋਇਆ ਹੈ ਉੱਥੇ ਤਾਲਿਬਾਨ ਅਤੇ ਇਸਲਾਮਿਕ ਸਟੇਟ ਦੋਵੇਂ ਹੀ ਸਰਗਰਮ ਨੇ। ਬੀਤੇ ਦਿਨੀ ਅਮਰੀਕਾ ਦੇ ਚੌਥੇ ਵੱਡੇ ਸ਼ਹਿਰ ਡੈਲਸ ਫੋਰਟ ਵਰਥ ਵਿਖੇ ਸ਼ਹੀਦ ਫੌਜੀ ਜਵਾਨਾਂ ਦੀ ਯਾਦ ਵਿੱਚ ਵੈਟਰਨਸ ਡੇ ਵੱਡੇ ਪੱਧਰ 'ਤੇ ਮਨਾਇਆ ਗਿਆ। ਵੈਟਰਨਸ ਡੇ ਪਰੇਡ ਦੇ ਦੌਰਾਨ ਡਿਪਟੀ ਸੰਦੀਪ ਸਿੰਘ ਤਾਲੀਵਾਲ ਸਮੇਤ ਆਪਣੇ ਜੀਵਨ ਦੀ ਬਾਜੀ ਲਾਉਣ ਵਾਲੇ ਸਮੂਹ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਅਮਰੀਕਾ ਦੇ ਚੌਥੇ ਵੱਡੇ ਸ਼ਹਿਰ ਡੈਲਸ ਫੋਰਟ ਵਰਥ ਵਿਖੇ ਸ਼ਹੀਦ ਫੌਜੀ ਜਵਾਨਾਂ ਨੂੰ ਯਾਦ ਕਰਨ ਦੇ ਲਈ ਵੈਟਰਨਸ ਡੇ ਵੱਡੇ ਪੱਧਰ 'ਤੇ ਮਨਾਇਆ ਗਿਆ ਅਤੇ ਫਸਟ ਵਰਲਡ ਵਾਰ ਦੇ ਸ਼ਹੀਦਾਂ ਨੂੰ 100 ਸਾਲਾ ਸ਼ਤਾਬਦੀ ਮਨਾ ਕੇ ਯਾਦ ਕੀਤਾ ਗਿਆ। ਇਸ ਵੈਟਰਨ ਡੇ ਪਰੇਡ ਵਿੱਚ ਹਰ ਸਾਲ ਦੀ ਤਰ੍ਹਾਂ ਸਿੱਖ ਸੰਗਤਾਂ ਨੇ ਵੀ ਆਪਣੀ ਪੱਗ ਦੀ ਪਹਿਚਾਣ ਦੇ ਲਈ ਭਾਰੀ ਗਿਣਤੀ ਵਿੱਚ ਹਾਜ਼ਰੀ ਲਗਵਾਈ। ਸਿੱਖਾਂ ਦੇ ਪਗੜੀਧਾਰੀ ਸ਼ਹੀਦ ਡਿਪਟੀ ਸ਼ੈਰਫ ਸੰਦੀਪ ਸਿੰਘ ਧਾਲੀਵਾਲ ਦੀ ਫੋਟੋ ਅਤੇ ਸਾਰਾਗੜ੍ਹੀ ਦੇ ਸ਼ਹੀਦਾਂ ਦਾ ਬਦਲਾ ਲੈਣ ਵਾਲੇ ਅਤੇ ਪਹਿਲੀ ਸੰਸਾਰ ਜੰਗ ਵਿੱਚ 15 ਸਿੱਖ ਲੁਧਿਆਣਾ ਰੈਜੀਮੈਂਟ ਦੇ ਹੀਰੋ ਲੈਫਟੀਨੈਂਟ ਰਾਮ ਸਿੰਘ ਬਹਾਦਰ ਦੀ ਫੋਟੋ ਪਰੇਡ ਦੇ ਪ੍ਰਬੰਧਕ ਕਰਮਜੀਤ ਸਿੰਘ ਕੈਲਾ ਨੇ ਚੁੱਕੀ ਹੋਈ ਸੀ। ਇਸ ਪਰੇਡ ਦੇ ਵਿੱਚ ਸ਼ਮੂਲੀਅਤ ਲਈ ਸਿੱਖ ਫਲੋਟ ਨੂੰ ਪ੍ਰਸੰਸਾ ਪੱਤਰ ਦੇ ਕੇ ਨਿਵਾਜਿਆ ਵੀ ਗਿਆ। ਚੜ੍ਹਦੀ ਕਲਾ ਟਾਈਮ ਟੀਵੀ ਲਈ ਡੈਲਸ ਤੋਂ ਜਸਵੰਤ ਸਿੰਘ ਜੱਸੀ ਦੀ ਰਿਪੋਰਟ। ਕੈਨੇਡਾ ਦੇ ਬ੍ਰੈਂਪਟਨ ਤੋਂ ਬੀਤੇ ਦਿਨੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਪੰਜਾਬੀ ਵਿਅਕਤੀ ਇੱਕ ਔਰਤ ਦੇ ਨਾਲ ਘਰ ਦੇ ਬਾਹਰ ਸੜਕ ਤੇ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਵਿਖਾਈ ਦੇ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ 37 ਸਾਲਾ ਵਿਅਕਤੀ ਬ੍ਰੈਂਪਟਨ ਦਾ ਵਸਨੀਕ ਹੈ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੀਲ ਪੁਲਿਸ ਨੇ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੀਲ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਇਹ ਵੀਡੀਓ 23 ਨਵੰਬਰ ਦੀ ਹੈ ਅਤੇ ਅਗਲੇ ਹੀ ਦਿਨ 24 ਨਵੰਬਰ ਦੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣੀ ਸ਼ੁਰੂ ਹੋ ਗਈ ਸੀ। ਬਾਅਦ ਵਿੱਚ ਭਾਈਚਾਰੇ ਦੇ ਕਈ ਮੈਂਬਰਾਂ ਵੱਲੋਂ ਪੀਲ ਰੀਜਨਲ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ 37 ਸਾਲਾ ਬ੍ਰੈਂਪਟਨ ਵਾਸੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕੈਨੇਡਾ ਦੇ ਸ਼ਹਿਰ ਸਰੀ ਵਿੱਚ ਜਲੰਧਰ ਦੇ ਲਾਂਬੜਾਂ ਦੀ ਰਹਿਣ ਵਾਲੀ ਲੜਕੀ ਪ੍ਰਭਲੀਨ ਦੀ ਲਾਸ਼ ਮਿਲਣ ਤੋਂ ਬਾਅਦ ਉੱਥੋਂ ਇੱਕ 18 ਸਾਲਾ ਨੌਜਵਾਨ ਦੀ ਲਾਸ਼ ਵੀ ਬਰਾਮਦ ਹੋਈ ਹੈ। ਕੈਨੇਡਾ ਦੇ ਇੱਕ ਨਿਊਜ਼ ਵੈਬ ਪੋਰਟਲ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਕੈਨੇਡਾ ਪੁਲਿਸ ਨੂੰ ਪ੍ਰਭਲੀਨ ਦੀ ਰੈਂਟਿਡ ਅਕੋਮੋਡੇਸ਼ਨ ਤੋਂ ਪ੍ਰਭਲੀਨ ਦੀ ਡੈੱਡ ਬਾਡੀ ਤੋਂ ਇਲਾਵਾ ਇੱਕ 18 ਸਾਲਾ ਨੌਜਵਾਨ ਦੀ ਲਾਸ਼ ਵੀ ਬਰਾਮਦ ਹੋਈ ਹੈ। ਹਾਲਾਂਕਿ ਨਿਊਜ਼ ਪੋਰਟਲ ਨੇ ਨੌਜਵਾਨ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ। ਸ਼ੁਰੂਆਤੀ ਜਾਂਚ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਮ੍ਰਿਤਕ ਇੱਕ ਦੂਜੇ ਨੂੰ ਜਾਣਦੇ ਸਨ। ਪੋਰਟਲ ਦਾ ਦਾਅਵਾ ਹੈ ਕਿ ਕੈਨੇਡਾ ਪੁਲਿਸ ਜਲਦੀ ਹੀ ਹੱਤਿਆ ਦੇ ਮਾਮਲੇ ਵਿੱਚ ਖੁਲਾਸਾ ਕਰ ਸਕਦੀ ਹੈ। ਜਲੰਧਰ ਸ਼ਹਿਰ ਵਿੱਚ ਰਹਿਣ ਵਾਲੀ ਪ੍ਰਭਲੀਨ 2016 ਵਿੱਚ ਕੈਨੇਡਾ ਪੜ੍ਹਾਈ ਕਰਨ ਲਈ ਗਈ ਸੀ। ਪੜ੍ਹਾਈ ਖਤਮ ਹੋਣ ਤੋਂ ਬਾਅਦ ਉਸਨੇ ਉੱਥੇ ਹੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। 24 ਨਵੰਬਰ ਨੂੰ ਕਿਸੇ ਨੇ ਪ੍ਰਭਲੀਨ ਦੀ ਹੱਤਿਆ ਕਰ ਦਿੱਤੀ ਸੀ। ਇਸ ਦੀ ਸੂਚਨਾ ਕੈਨੇਡਾ ਪੁਲਿਸ ਵੱਲੋਂ ਪ੍ਰਭਲੀਨ ਦੇ ਪਰਿਵਾਰ ਨੂੰ ਦਿੱਤੀ ਗਈ। ਮ੍ਰਿਤਕ ਦੇ ਪਿਤਾ ਗੁਰਦਿਆਲ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਉਹਨਾਂ ਤੋਂ ਕੋਈ ਸੰਪਰਕ ਨਹੀਂ ਕੀਤਾ ਅਤੇ ਉਹਨਾਂ ਨੂੰ ਨਹੀਂ ਪਤਾ ਕਿ ਉਹ ਕਿਵੇਂ ਆਪਣੀ ਧੀ ਦੀ ਮ੍ਰਿਤਕ ਦੇ ਭਾਰਤ ਲੈ ਸਕਦੇ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਬ੍ਰੈਂਪਟਨ ਸਿਟੀ ਕੌਂਸਲ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਡਿਕਸੀ ਰੋਡ 'ਤੇ ਗ੍ਰੇਟ ਲੇਕਸ ਆਫ ਬ੍ਰੈਂਪਟਨ ਵਿਚਲੀ ਸੜਕ ਦਾ ਨਾਮਕਰਨ ਕਰਨ ਦਾ ਐਲਾਨ ਕੀਤਾ ਗਿਆ ਸੀ। ਬੀਤੇ ਦਿਨੀ ਇਹ ਐਲਾਨ ਹਕੀਕਤ ਵਿੱਚ ਬਦਲ ਗਿਆ। ਗ੍ਰੇਟ ਲੇਕਸ ਆਫ ਬ੍ਰੈਂਪਟਨ ਵਿਚਲੀ ਸੜਕ ਨੂੰ ਗੁਰੂ ਨਾਨਕ ਸਟ੍ਰੀਟ ਦਾ ਨਾਮ ਦੇ ਦਿੱਤਾ ਗਿਆ ਹੈ। ਆਖਿਰ ਬ੍ਰੈਂਪਟਨ ਸਿਟੀ ਕੌਂਸਲ ਨੇ ਪੀਟਰ ਰੌਬਰਟਸਨ ਬੁਲੇਵਰਡ ਦੇ ਡਿਕਸੀ ਰੋਡ 'ਤੇ ਗ੍ਰੇਟ ਲੇਕਸ ਆਫ ਬ੍ਰੈਂਪਟਨ ਵਿਚਲੀ ਸੜਕ ਨੂੰ ਗੁਰੂ ਨਾਨਕ ਸਟ੍ਰੀਟ ਵਜੋਂ ਨਾਮ ਦੇ ਹੀ ਦਿੱਤਾ ਹੈ, ਜਿਸ ਦਾ ਐਲਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ 'ਤੇ ਕੀਤਾ ਗਿਆ ਸੀ। ਇਸ ਦੇ ਨਾਮ ਦੀਆਂ ਪਲੇਟਾਂ ਹੁਣ ਸੜਕ 'ਤੇ ਦਿਸਣ ਲੱਗ ਪਈਆਂ ਨੇ। ਇਸ ਦਾ ਰਸਮੀ ਤੌਰ 'ਤੇ ਉਦਘਾਟਨ ਹੋਇਆ, ਜਿਸ ਵਿੱਚ ਬ੍ਰੈਂਪਟਨ ਦੇ MP, MPP, ਕੌਂਸਲਰ, ਪੁਲਿਸ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਕਮਿਊਨਿਟੀ ਦੇ ਲੋਕਾਂ ਨੇ ਸ਼ਿਰਕਤ ਕੀਤੀ। ਇੱਥੇ ਦੱਸਣਯੋਗ ਹੈ ਕਿ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਸਿਟੀ ਕੌਂਸਲਰ ਹਰਕੀਰਤ ਸਿੰਘ ਨੇ ਇੱਕ ਮਤਾ ਪੇਸ਼ ਕੀਤਾ ਸੀ ਕਿ ਬ੍ਰੈਂਪਟਨ ਵਿੱਚ ਇੱਕ ਸੜਕ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਰੱਖਿਆ ਜਾਵੇ, ਜਿਸ ਨੂੰ ਕਿ ਅਮਲੀ ਜਾਮਾ ਪਹਿਨਾ ਦਿੱਤਾ ਗਿਆ ਹੈ।
ਅੱਜ ਗੁਰੂ ਨਾਨਕ ਦਾ ਸਟਰੀਟ ਰੱਖੀ ਆਪਣੇ ਜਿੱਥੇ ਫੋਰਮਰ ਪੀਟਰ ਰੋਬਸਨ ਬੁਲਵਾਰਡ ਹੈ ਡਿਕਸੀ ਤੋਂ ਲੈ ਕੇ ਗ੍ਰੇਟ ਲੇਕਸ ਤੱਕ ਐਂਡ ਸੋ ਇਹ ਗੁਰੂ ਨਾਨਕ ਮਿਸ਼ਨ ਇਕੱਲਾ ਐਡਰੈਸ ਹੈ ਇਸ ਸੜਕ 'ਤੇ ਅਤੇ ਲੋਕਾਂ ਨੇ ਬਹੁਤ ਕਿਹਾ ਸੀ ਕਿ ਸਾਨੂੰ ਕੁਛ ਕਰਨਾ ਚਾਹੀਦਾ ਗੁਰਪੁਰਬ ਵਾਸਤੇ ਸੋ ਮੈਂ ਮੇਅਰ ਬ੍ਰਾਊਨ ਆਪਣੇ ਪੈਟ੍ਰਿਕ ਬ੍ਰਾਊਨ ਅਤੇ ਹਰਕੀਰਤ ਸਿੰਘ ਸਾਡੇ ਕੌਂਸਲ ਨੇ ਕਾਫੀ ਮਿਹਨਤ ਕਰਕੇ ਕਮਿਊਨਿਟੀ ਦੇ ਨਾਲ ਰਲ ਕੇ ਇਸ ਇਨੀਸ਼ੀਏਟਿਵ ਨੂੰ ਕਾਮਯਾਬ ਕੀਤਾ ਸੋ ਇਹ ਇਕੱਲੇ ਸਿੱਖਾਂ ਵਾਸਤੇ ਨੇ ਆਪਣੀ ਇੰਡੀਅਨ ਕਮਿਊਨਿਟੀ ਆਪਣੀ ਮਾਈਨੋਰਟੀਜ਼ ਵਾਸਤੇ ਬਹੁਤ ਵਧੀਆ ਜੈਸਚਰ ਹੈ ਜੋ ਅਸੀਂ ਕੰਟਰੀ ਨੇ ਸਾਨੂੰ ਦਿਖਾਇਆ ਗਿਆ ਸੋ ਗਾਂ ਬੱਚਿਆਂ ਵਾਸਤੇ ਇੱਕ ਇਨਕਲੂਸਿਵ ਸਿਟੀ ਅਸੀਂ ਬਣਾਉਣਾ ਚਾਹੁੰਦੇ ਹਾਂ ਜਿੱਥੇ ਇੱਕ ਦੂਜੇ ਨੂੰ ਸੈਲੀਬ੍ਰੇਟ ਕਰ ਸਕਾਂਗੇ ਸੋ ਇਹ ਸਾਡੀ ਸਿਟੀ ਹੈ ਸਾਰਿਆਂ ਦੀ ਸਿਟੀ ਹੈ ਸੋ ਇਹ ਸਿਟੀ ਦੇ ਜਿਹੜੇ ਨਾਂ ਨੇ ਇਹ ਰਿਫਲੈਕਟ ਹੋਣੇ ਚਾਹੀਦੇ ਆਪਣੇ ਕਮਿਊਨਿਟੀ ਦੇ ਸੋ ਸਾਰਿਆਂ ਨੂੰ ਇੱਕ ਵਾਰੀ ਫੇਰ ਵਧਾਈ ਹੋਵੇ ਸਾਰਿਆਂ ਨੂੰ ਮੁਬਾਰਕਾਂ ਦੇਣਾ ਚਾਹੁੰਦਾ ਗੁਰੂ ਨਾਨਕ ਦੇਵ ਜੀ 550ਵਾਂ ਗੁਰਪੁਰਬ ਲਈ ਬਹੁਤ ਵਧੀਆ ਸਾਡੇ ਕੌਂਸਲਰ ਨੇ ਸਪੋਰਟ ਦਿੱਤੀ ਹੈ ਕਿ ਜਿਹੜਾ ਸਟਰੀਟ ਨੇਮ ਆ ਇੱਥੇ ਡਿਕਸੀ ਰੋਡ ਤੋਂ ਗ੍ਰੇਟ ਲੇਕਸ ਔਨ ਪੀਟਰ ਰੋਬਸਨ ਜਿਹੜਾ ਛੋਟਾ ਜਿਹਾ ਹਿੱਸਾ ਆ ਆਪਾਂ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਉਹ ਜਿਹੜਾ ਸਟਰੀਟ ਆ ਚੇਂਜ ਕੀਤਾ ਆ ਸੋ ਵਧੀਆ ਲੱਗਦਾ ਕਿ ਜਿਹੜੀ ਸਾਡੀ ਅੰਡਰਸਟੈਂਡਿੰਗ ਆ ਹੋਰ ਕਮਿਊਨਿਟੀਆਂ ਨਾਲ ਵੀ ਉਹ ਵੱਧਦੀ ਆ ਅਤੇ ਨਾਲ ਦੀ ਨਾਲ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਵੀ ਪਤਾ ਲੱਗਦਾ ਕਿ ਗੁਰੂ ਨਾਨਕ ਦੇਵ ਜੀ ਕੌਣ ਸੀਗੇ ਉਹਨੇ ਕੀ ਕੀਤਾ ਆ ਅਤੇ ਆਪਾਂ ਇੱਦਾਂ ਹੀ ਚਾਹੁੰਦੇ ਹਾਂ ਕਿ ਜਿਹੜੀ ਵਧੀਆ ਫਿਲੋਸਫੀ ਦਾ ਖਾਸ ਕਰਕੇ ਸਾਡੇ ਗੁਰੂਆਂ ਦੀ ਆ ਉਹ ਹੋਰ ਲੋਕਾਂ ਨੂੰ ਪਤਾ ਲੱਗੇ ਅਤੇ ਉਹ ਜਿਹੜੇ ਆਪਾਂ ਇੰਪਲੀਮੈਂਟੇਸ਼ਨ ਵੀ ਆ ਸਰਬੱਤ ਦਾ ਭਲਾ ਨਾਮ ਜਪਣਾ ਕਿਰਤ ਕਰਨੀ ਆਪਾਂ ਉਹ ਵੀ ਕਰੀਏ Well, this is a very special day for the city of Brampton. We really believe our streets, our parks should represent the mosaic of the city. To have this street unveiling for Guru Nanak's 550th anniversary, to have this street now as a symbol of his teachings, of his legacy, and he had such a beautiful message. I think this is a special day for the city, and it's an honor to be here for that unveiling. ਹਾਂਜੀ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਾਤਨ ਸਿੰਘ ਹੈ ਮੈਂ ਤੁਹਾਡਾ MPP ਬ੍ਰੈਂਪਟਨ ਈਸਟ ਤੋਂ ਅਤੇ ਅੱਜ ਬਹੁਤ ਖੁਸ਼ਹਾਲੀ ਦਿਨ ਹੈ ਕਿਉਂਕਿ ਇੱਥੇ ਬ੍ਰੈਂਪਟਨ ਦੇ ਵਿੱਚ ਅਸੀਂ ਅਫਿਸ਼ੀਅਲੀ ਗੁਰੂ ਨਾਨਕ ਸਟਰੀਟ ਨੂੰ ਅਸੀਂ ਪੇਸ਼ ਕਰਨਾ ਸਾਰੀ ਕਮਿਊਨਿਟੀ ਵਾਸਤੇ ਵੀ ਅਫਿਸ਼ੀਅਲੀ ਹੈਂਗਿੰਗ ਅਪ ਐਂਡ ਅਨਵੇਲਿੰਗ ਦਾ ਸਾਈਨ ਅਤੇ ਇਹ ਬਹੁਤ ਵਧੀਆ ਗੱਲ ਹੈ ਸਾਡੀ ਕਮਿਊਨਿਟੀ ਵਾਸਤੇ ਅਤੇ ਸਾਰੇ ਕੈਨੇਡਾ ਵਾਸਤੇ ਜਦੋਂ ਮੈਂ ਛੋਟਾ ਸੀਗਾ ਮੈਂ ਜਿਹੜੇ ਡਾਇਵਰਸਰੀ ਸਟਰੀਟ ਨੇਮ ਦੇ ਵਿੱਚ ਮੈਂ ਬਹੁਤ ਘੱਟ ਦੇਖਿਆ ਸੀਗਾ ਅਤੇ ਇਸ ਨੇਮ ਦੇ ਨਾਲ ਇਸ ਯੂਨੋ ਨਵਾਂ ਨੇਮ ਸਟਰੀਟ ਦੇ ਨਾਲ ਇੱਦਾਂ ਹੁੰਦਾ ਕਿ ਸਿੱਖ ਕਮਿਊਨਿਟੀ ਹੁਣ ਵੀ ਸੀ ਅਰਸੈਲਵਸ ਰੈਪ੍ਰਜੈਂਟਿਡ ਇਨ ਬ੍ਰੈਂਪਟਨ ਇਨ ਇਨ ਦ ਸਟਰੀਟਸ ਇਹ ਬਹੁਤ ਵਧੀਆ ਗੱਲ ਹੈ ਕਮਿਊਨਿਟੀ ਵਾਸਤੇ ਮਲਟੀਕਲਚਰਲਿਜ਼ਮ ਅਤੇ ਸਾਰੇ ਕੈਨੇਡਾ ਵਾਸਤੇ ਮੈਂ ਬ੍ਰੈਂਪਟਨ ਸ੍ਰੀ ਬ੍ਰੈਂਪਟਨ ਨੂੰ ਵਧਾਈ ਦੇਣਾ ਚਾਹੁੰਦਾ ਅਤੇ ਮੈਂ ਸਾਰੇ ਸਿੱਖ ਪੰਥ ਨੂੰ ਵਧਾਈ ਦੇਣਾ ਚਾਹੁੰਦਾ ਇਸ ਬਹੁਤ ਸਪੈਸ਼ਲ ਅਤੇ ਆਮ ਦਿਨ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿਟੀ ਨੂੰ ਵਧਾਈਆਂ ਦੇਣਾ ਚਾਹੁੰਦੀ ਹੈਗੀ ਹਾਂ ਅੱਜ ਦਾ ਜੋ ਗੁਰੂ ਨਾਨਕ ਦੇਵ ਜੀ ਸਟਰੀਟ ਦੀ ਓਪਨਿੰਗ ਹੋ ਰਹੀ ਹੈਗੀ ਆ ਆਈ ਥਿੰਕ ਕਾਫੀ ਕਮਿਊਨਿਟੀ ਦੀ ਜੋ ਸਪੈਸ਼ਲੀ ਗੁਰੂ ਨਾਨਕ ਮਿਸ਼ਨ ਗੁਰਦੁਆਰਾ ਜਿੱਥੇ ਆਪਾਂ ਇਸ ਅੱਜ ਖੜ੍ਹੇ ਹੈਗੇ ਹਾਂ ਇਹਨਾਂ ਦੀ ਲੋਬੀਇੰਗ ਇਹਨਾਂ ਦੀ ਜੋ ਚਾਹਤ ਸੀਗੀ ਕਈ ਸਾਲਾਂ ਤੋਂ ਜੋ ਕੰਮ ਕਰ ਰਹੇ ਹੈਗੇ ਨੇ ਉਹਨਾਂ ਦੀ ਆਵਾਜ਼ ਸੁਣੀ ਗਈ ਹੈਗੀ ਐਂਡ ਆਈ ਥਿੰਕ ਮੌਕਾ ਬਹੁਤ ਵਧੀਆ ਹੈਗਾ ਜਿਹੜਾ ਵੰਸ ਇਨ ਅ ਲਾਈਫ ਟਾਈਮ ਆਪਾਂ 550th ਐਨੀਵਰਸਰੀ ਮਨਾ ਰਹੇ ਹੈਗੇ ਹਾਂ ਗੁਰੂ ਨਾਨਕ ਦੇਵ ਜੀ ਦੀ ਸੋ ਇਸ ਤੋਂ ਵਧੀਆ ਕੋਈ ਮੌਕਾ ਨਹੀਂ ਹੋ ਸਕਦਾ ਸੀਗਾ ਇਸ ਸਟਰੀਟ ਦੀ ਅਨਵੇਲਿੰਗ ਕਰਨ ਲਈ ਐਂਡ ਆਈ ਥਿੰਕ ਬਹੁਤ ਸਾਰੇ ਲੋਕ ਐਕਸਾਈਟਿਡ ਹੈਗੇ ਨੇ ਐਂਡ ਆਈ ਵਾਂਟ ਟੂ ਕੰਗ੍ਰੈਚੁਲੇਟ ਐਵਰੀਵਨ ਹੂ ਵਾਸ ਇਨਵੋਲਵਡ ਅੱਜ ਦਿਨ ਜੀ ਜਿਹੜੀ ਆਪਾਂ ਸਾਰੀ ਦੁਨੀਆ ਭਰ ਦੇ ਵਿੱਚ 550ਵਾਂ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਆਪਾਂ ਦਿਹਾੜਾ ਮਨਾ ਰਹੇ ਹਾਂ ਉਹਦੇ 'ਤੇ ਪਿਛਲੇ ਸਾਲ ਤੋਂ ਵੱਖ ਵੱਖ ਪ੍ਰੋਗਰਾਮ ਚੱਲ ਰਹੇ ਆ ਵੀ ਗੁਰੂ ਨਾਨਕ ਸਾਹਿਬ ਨੂੰ ਟ੍ਰਿਬਿਊਟ ਕਿਵੇਂ ਕੀਤਾ ਜਾਵੇ ਅਤੇ ਉਹਨਾਂ ਦੀਆਂ ਸਿੱਖਿਆਵਾਂ 'ਤੇ ਕਿਵੇਂ ਚੱਲਿਆ ਜਾਵੇ ਉਹਦੇ ਵਿੱਚੋਂ ਹੀ ਸਾਡੇ ਸਿਟੀ ਕੌਂਸਲਰ ਨੇ ਸਾਰੇ ਹੀ ਇਸ ਦੇ ਵਿੱਚ ਵੈਸੇ ਤਾਂ ਉਹਨਾਂ ਨੇ ਸਹਿਯੋਗ ਦਿੱਤਾ ਇਹਦੇ ਵਿੱਚ ਜਿਹੜਾ ਕੰਮ ਕੀਤਾ ਆਪਣੇ ਗੁਰਪ੍ਰੀਤ ਸਿੰਘ ਅਤੇ ਹਰਕੀਰ ਸਿੰਘ ਹੋਣਾਂ ਨੇ ਜਿਹੜੇ ਇਸੇ ਹੀ ਏਰੀਏ ਦੇ ਕੌਂਸਲਰ ਨੇ ਜਿਹੜੀ ਆਪਣੀ ਡੈਕਸੀ ਤੋਂ ਲੈ ਕੇ ਗ੍ਰੇਟ ਲੇਕ ਤੱਕ ਪੀਟਰ ਰੋਬਰਟਸਨ ਬੁਲੇਵਰਡ ਨਾਂ ਸੀ ਉਹਨੂੰ ਚੇਂਜ ਕਰਕੇ ਇਹਦਾ ਗੁਰੂ ਨਾਨਕ ਸਟਰੀਟ ਨਾਂ ਰੱਖਿਆ ਗਿਆ ਆਪਣਾ ਜਿਹੜਾ ਗੁਰਦੁਆਰਾ ਸਾਹਿਬ ਦਾ ਇੱਕੋ ਹੀ ਇਹ ਐਡਰੈਸ ਆ ਇਹਦੇ 'ਤੇ ਹੋਰ ਕੋਈ ਪ੍ਰਾਪਰਟੀ ਨਹੀਂ ਆਉਂਦੀ ਸੋ ਇਸ ਕਰਕੇ ਥੋੜ੍ਹਾ ਜਿਹਾ ਸੌਖਾ ਵੀ ਹੋਇਆ ਇਹਦੇ ਨਾਲ ਨਾਲ ਅਸੀਂ ਮੇਅਰ ਦਾ ਸਾਰੀ ਕੌਂਸਲ ਦਾ ਬੜਾ ਧੰਨਵਾਦ ਕਰਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਇੱਕ ਟ੍ਰਿਬਿਊਟ ਆ ਬ੍ਰੈਂਪਟਨ ਦੇ ਵਿੱਚ ਜਿੱਥੇ ਸਾਡੀ ਬਹੁਤ ਵੱਡੀ ਵਸੋਂ ਵੱਸਦੀ ਆ ਕਈ ਭੁਲੇਖੇ ਵੀ ਪਾਏ ਜਾਂਦੇ ਨੇ ਕਿ ਨਾਂ ਜਿਹੜਾ ਉਹ ਇੱਦਾਂ ਕਿਸੇ ਰਿਲੀਜੀਅਸ ਗੁਰੂ ਦੇ ਨਾਂ 'ਤੇ ਨਹੀਂ ਰੱਖਿਆ ਜਾਣਾ ਚਾਹੀਦਾ ਪਰ ਮੈਂ ਕਹਿੰਦਾ ਅੱਜ ਕੱਲ੍ਹ ਗੂਗਲ 'ਤੇ ਤੁਸੀਂ ਜੇ ਸਰਚ ਕਰੋ ਤਾਂ ਬੜਾ ਕੁਛ ਉੱਥੇ ਨਿਕਲ ਆਊਗਾ ਇੰਡੀਵਿਜੁਅਲ ਬੰਦਿਆਂ ਦੇ ਨਾਵਾਂ 'ਤੇ ਵੀ ਸਟਰੀਟਾਂ ਦੇ ਨਾਮ ਨੇ ਸੋ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਮਾੜੀ ਗੱਲ ਹੈ ਆਪਾਂ ਬੀਂਗ ਏ ਕੈਨੇਡੀਅਨ ਸਿਟੀਜ਼ਨ ਬੀਂਗ ਏ ਕੈਨੇਡੀਅਨ
बड़ी रिस्पैक्टफुली जिहड़ा लॉ नूं फॉलो करदे होए साडा सारा कुछ दे लॉ मुताबक हुंदा सो एवें किसे दे बहकावे विच नहीं सानूं आना चाहीदा। अज ए ऑफिशियली जिहड़ा अज तो एड्रेस जिहड़ा शुरू हो जाएगा तो हुण 2 बजे जिहड़ी रोड आ इह इत्थों डैक्सी रोड तो लैके जिथे आपां खड़े हाँ ग्रेट लक लेक ताके दा नां जिहड़ा गुरु नानक स्ट्रीट हो जाएगा 2 बजे ऑफिशियली सिटी वाले आउणगे साडे कौंसलर साहिबान ते मेयर साहिबान वो आके जिहड़ा ऑफिशियली इहदा अनाउंस करनगे ते उद्दू बाद इहदा जिहड़ा ऑफिशियल एड्रेस आ वो गुरु नानक स्ट्रीट हो जाएगा जी। सब तो पहला तो सारिया संगतां नूं लख लख वधाई होवे साढ़े 500 साल की। तो इत्थे नाल ही मैं दसना चाहना कि खास तौर पर गुरु नानक मिशन सेंटर की मैनेजमेंट और इन्हां दे नाल सिटी कौंसल का जिहड़ा आपस जिहड़ी डील या डील कह लो या कि जिहड़ा सिटी कौंसल ने पास किया है कि चेंज द रोड नेम फ्रॉम पीटर रॉबर्टसन टू गुरु नानक स्ट्रीट फ्रॉम डिक्सी टू ट्रिनिटी मॉल तक, तो ये बहुत वधिया उपराला होया है। ट्रिनिटी मॉल तक ही है ना? हाँ जी, हाँ जी, ट्रिनिटी मॉल तक तो गेट लेक से जिन्हों कहते हैं तो वो सारी स्ट्रीट जड़ी है एज ए गुरु नानक मार्ग और स्पेशली दिस बीइंग ए 550th ईयर ऑफ गुरु नानक आज सारी लोकाई नू और सारे वर्ल्ड नू पता लग चुका है कि गुरु नानक कौन सी सिख लेवा संगत जड़ी है सिख नाम लेवा सिख गुरु नानक लेवा संगत जड़ी आज ऑल ओवर द वर्ल्ड पता लग रहा है। खास तौर पर इस चीज़ जड़ी है अपनी कम्युनिटी नू तो बधाई हैगी है। आई रियली एप्रीशिएट कनेडियंस जड़े कि अंडरस्टैंड करते हैं कि द चेंज जरा इस वर्ल्ड पर आ रहा और स्पेशली कैनेडा जरा चेंज आ रहा उन्होंने अडोप्ट कर रहे हैं। तो रियली थैंकफुल टू द कनेडियंस एज ए होल एंड सिटी कौंसिल ऑफ ब्रैम्पटन जरा ने कि इस उपराला किया है। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਜੀ ਸਾਰੀ ਲੋਕਾਈ ਨੂੰ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਅਤੇ ਨਾਲ ਦੇ ਨਾਲ ਹੀ ਸਾਰੀ ਲੋਕਾਈ ਨੂੰ ਸਾਰੇ ਗੁਰੂ ਨਾਨਕ ਨਾਮ ਲੇਵਾ ਨੂੰ ਇਸ ਗੱਲ ਦੀਆਂ ਵੀ ਵਧਾਈਆਂ ਵੀ ਦੁਨੀਆ ਵਿੱਚ ਪਹਿਲੀ ਵਾਰ ਇਹ ਕੋਈ ਕੰਮ ਹੋ ਰਿਹਾ ਵੀ ਗੁਰੂ ਨਾਨਕ ਸਟਰੀਟ ਨਾਂ 'ਤੇ ਕੋਈ ਸਟਰੀਟ ਬਣੀ ਹੈ। ਨਾਨਕ ਸਟਰੀਟ ਦੇ ਨਾਂ 'ਤੇ ਬਣੀਆਂ ਹੋਣਗੀਆਂ ਪਰ ਗੁਰੂ ਨਾਨਕ ਸਟਰੀਟ ਇਹ ਪਹਿਲੀ ਵਾਰ ਕੈਨੇਡਾ ਵਿੱਚ ਹੋਇਆ ਜਿਹਦੇ ਵਾਸਤੇ ਸਾਡੀ ਸਿਟੀ ਕੌਂਸਲ ਬ੍ਰੈਂਪਟਨ ਦੀ ਸਿਟੀ ਕੌਂਸਲ ਸਾਰੀ ਸਿਟੀ ਕੌਂਸਲ ਉਹਦੇ ਵਿੱਚ ਖਾਸ ਕਰਕੇ ਹਰਕੀਤ ਸਿੰਘ ਕੌਂਸਲਰ ਅਤੇ ਗੁਰਪ੍ਰੀਤ ਸਿੰਘ ਢਿੱਲੋਂ ਜਿਹੜੇ ਹੈਗੇ ਰੀਜਨਲ ਕੌਂਸਲ ਉਹ ਦੋਨਾਂ ਦੇ ਉਪਰਾਲੇ ਅਤੇ ਨਾਲ ਦੀ ਨਾਲ ਜਿਹੜੀ ਗੁਰੂ ਨਾਨਕ ਮਿਸ਼ਨ ਸੈਂਟਰ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਹੈ ਉਹ ਸਾਰਿਆਂ ਦੇ ਤਾਲਮੇਲ ਨਾਲ ਸਾਰਾ ਕੁਛ ਹੋਇਆ ਜੀ। ਅਤੇ ਇਹ ਸਟਰੀਟ ਅੱਜ ਤੋਂ ਬਾਅਦ ਗੁਰੂ ਨਾਨਕ ਸਟਰੀਟ ਗਿਣੀ ਜਾਊਗੀ ਫਰੋਮ ਡਿਕਸੀ ਰੋਡ ਟੂ ਗ੍ਰੇਟ ਲੇਕਸ। ਅਤੇ ਇਹਦੇ ਵਾਸਤੇ ਬਹੁਤ ਬਹੁਤ ਸਾਰੀਆਂ ਸੰਗਤਾਂ ਨੂੰ ਸਾਰੀ ਲੋਕਾਈ ਨੂੰ ਇੱਕ ਵਾਰ ਫਿਰ ਵਧਾਈ। ਬਸ ਇੰਨਾ ਹੀ ਕਹਿੰਦਾ ਹਾਂ ਮੈਂ, ਸਮਾਪਤ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਆਲ ਓਵਰ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਜੋ ਅੱਜ ਅਨਾਊਂਸਮੈਂਟ ਹੋਈ ਔਰ ਅੱਜ ਉਹਦੀ ਨੈਗਰਲ ਹੋਈ ਹੈ ਬ੍ਰੈਂਪਟਨ ਦੀ ਧਰਤੀ ਜਿਸ ਨੂੰ ਸਿੱਖਾਂ ਦਾ ਗੜ੍ਹ ਮੰਨਿਆ ਜਾਂਦਾ ਹੈ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਸਿੱਖਾਂ ਦਾ 100 ਸਾਲ ਤੋਂ ਉੱਪਰ ਦਾ ਇਤਿਹਾਸ ਕੈਨੇਡਾ ਦੀ ਧਰਤੀ 'ਤੇ ਆ ਆਉਣ ਵਾਲੀ ਪੀੜ੍ਹੀ ਵਾਸਤੇ ਜੋ ਇੱਕ ਵੱਡੀ ਖਬਰ ਆਈ ਹੈ ਜੋ ਬ੍ਰੈਂਪਟਨ ਦੀ ਧਰਤੀ 'ਤੇ ਗੁਰੂ ਨਾਨਕ ਸਟਰੀਟ ਦੇ ਨਾਮ ਨਾਲ ਡਿਕਸੀ ਐਂਡ ਪੀਟਰ ਰੋਬਰਟਸਨ ਤੋਂ ਲੈ ਕੇ ਐਂਡ ਕੈਨੇਡਾ ਗੂਸ ਐਂਡ ਗੁਰੂ ਨਾਨਕ ਸਟਰੀਟ ਤੱਕ ਇਹਦਾ ਨਾਮ ਰੱਖਿਆ ਗਿਆ। ਸੋ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਾਂ ਗੁਰੂ ਨਾਨਕ ਮਿਸ਼ਨ ਸੈਂਟਰ ਦੀ ਸਮੁੱਚੀ ਕਮੇਟੀ ਦੀ ਜਿਨ੍ਹਾਂ ਨੇ ਸਿਟੀ ਦੇ ਨਾਲ ਬਹੁਤ ਹੀ ਕਲੋਜ਼ਲੀ ਕੰਮ ਕਰਕੇ ਆਨਰੇਬਲ ਮੇਅਰ ਆਫ ਬ੍ਰੈਂਪਟਨ ਪੈਟ੍ਰਿਕ ਬਰਾਊਨ ਜੀ, ਕੌਂਸਲਰ ਹਰਕੀਰਤ ਸਿੰਘ ਜੀ, ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਜੀ ਢਿੱਲੋਂ ਇਹਨਾਂ ਨੇ ਇੱਕ ਐਸਾ ਮੀਲ ਪੱਥਰ ਰੱਖਿਆ ਹੈ ਜਿੱਥੇ ਅਸੀਂ ਬਾਬਾ ਗੁਰਦਿੱਤ ਸਿੰਘ ਹੁਣਾਂ ਨੂੰ ਯਾਦ ਕਰਦੇ ਹਾਂ ਔਰ ਸਿੱਖਾਂ ਨੇ ਜੋ ਵੱਡੀਆਂ ਮੱਲਾਂ ਮਾਰੀਆਂ ਹਨ ਕੈਨੇਡਾ ਦੀ ਧਰਤੀ 'ਤੇ ਇਹ ਆਪਣੇ ਆਪ ਦੇ ਵਿੱਚ ਇੱਕ ਯਾਦਗਾਰੀ ਦਿਨ ਹੋਰ ਨਿਬੜਿਆ ਹੈ। ਮੈਂ ਕਹਿ ਸਕਦਾ ਹਾਂ ਸਰਦਾਰ ਪਿੱਛੇ ਲੱਗਦਾ ਹੈ ਜੀ, ਖਾਨ ਪਿੱਛੇ ਲੱਗਦਾ ਹੈ ਸਾਹਿਬ, ਇਮਰਾਨ ਖਾਨ ਨੇ ਕਰਤਾਰਪੁਰ ਦਾ ਲਾਂਘਾ ਖੋਲ੍ਹਿਆ ਔਰ ਉਸ ਤੋਂ ਬਾਅਦ ਦੁਨੀਆ ਦੀ ਵੱਡੀ ਖਬਰ ਆਈ ਹੈ ਕਿ ਬ੍ਰੈਂਪਟਨ ਦੀ ਧਰਤੀ 'ਤੇ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਮਾਣ ਸਨਮਾਨ ਇਕੁਐਲਿਟੀ ਨੂੰ ਸੰਬੋਧਨ ਕਰਦਿਆਂ ਹੋਇਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੋੜਿਆ ਹੈ। ਆਪ ਸਾਰਿਆਂ ਦਾ ਅੱਜ ਦੇ ਸਮਾਗਮ ਵਿੱਚ ਪਹੁੰਚਣ ਦੇ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਵੀ ਅੱਜ ਇੱਥੇ ਸਾਨੂੰ ਇਨਵਾਈਟਡ ਹੈ ਅਸੀਂ ਔਰ ਇਸ ਕਰਕੇ ਆਏ ਹਾਂ ਕਿ ਗੁਰੂ ਨਾਨਕ ਸਾਹਿਬ ਦੇ ਲਈ ਇਹਨਾਂ ਨੇ ਹਰਕੀਰਤ ਨੇ ਔਰ ਗੁਰਪ੍ਰੀਤ ਨੇ ਬੜਾ ਵੱਡਾ ਉਪਰਾਲਾ ਕੀਤਾ ਹੈ ਔਰ ਇਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ ਜਿਹੜੀ ਰੋਡ ਆ ਉਹ ਇੱਥੇ ਵਿਦੇਸ਼ ਦੇ ਵਿੱਚ ਜਿਹੜੀ ਆ ਉਹਦੇ ਦੇ ਲਈ ਮਤਲਬ ਇੰਤਜ਼ਾਮ ਕੀਤਾ ਹੈ। ਅਸੀਂ ਸਾਰੀ ਕਮਿਊਨਿਟੀ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਔਰ ਬੜੇ ਖੁਸ਼ ਹਾਂ
और अहीं इसे करके बड़े हुम हुम आ के अज इस उद्घाटन के मौके पहुँचे हाँ। तो असी चाहते हैं कि साड़ी कम्यूनिटी होर चढ़ती कला दे विच जावे ते गुरु नानक पातशाह दी साडे उत्ते इसे तरह मेहर रहे। थैंक यू वेरी मच। वाहिगुरू जी की गुरु नानक देव पातशाह दे 550वें गुरपुरब नूं समर्पित जिहड़े आ समागम करवाए जा रहे दुनिया भर के जिवें जिवें गुरु नानक का सिद्धांत मनुखता प्रति समर्पणा जी सिखी दी गुरु नानक देव पातशाह ने संभे सभी सांझी वारसदाएं कोई ना दिसे बारा जी दे सिद्धांत दिते ने। तो ये जिवें जिवें देशों विदेशों के विचारधारा फैल रही आ उस इलाके दियां उस समय दियां उस स्टेट दियां सरकारियां सरकारां वखो वखे तरीके नाल गुरु नानक पातशाह दे 550वें गुरपुरब नूं मना रही ने। पीटर रॉबसन रोड का नाँ जिहड़ा उह बदल के गुरु नानक स्ट्रीट कर दिता गया है क्योंकि गुरद्वारा गुरु नानक मिशन सेंटर जिहड़ा इस स्ट्रीट के उत्ते आ। इस गल की अज जिहड़ा इहदी ओपनिंग हैगी है जी ऑफिशियल। तो हो सकता है कि जिहड़े नंबर ने जी अजे साडे कोल नहीं हैगे पर 513 या 550 नंबर इस स्ट्रीट का रखा जाऊगा पर इस एड्रैस का गुरद्वारा गुरु नानक मिशन सेंटर का। सो अज दे इस प्रोग्राम के उत्ते इस गुरु नानक स्ट्रीट की ओपनिंग के उत्ते समुचे भाईचारे को लख लख बधाई होवे जी। वाहिगुरू जी का खालसा वाहिगुरू जी की फतह। जी सब तो पहला तो मैं सारी कम्यूनिटी को इस चीज़ की बहुत बहुत वधाई दिनी हाँ कि जिहड़ा अज असी गुरु नानक देव जी दे 550वें गुरपुरब के उत्ते असी इस स्ट्रीट का नाम रख रहे हैं। सो साडे बच्चियां दे लई भी ये बहुत ही वड्डी गल हैगी है कि वो जदों स्ट्रीट का नाम देखणगे एक तां प्राउड फील करते हैं ते नाल दी नाल उह देखदे हैगे ने कि इन्हां दीआं टीचिंग्स की सीगियां। सो असी इन्हां दीआं टीचिंग्स दी फिर इस तों अगे गल करदे हैगे हाँ। सो काउंसलर हरकीरत सिंह गुरप्रीत ढिल्लों दे वी बहुत बहुत धन्नवाद ते वो बहुत ही मैं कहांगी कि शलाघा जो कदम हैगा जिहड़ा उन्होंने चुकिया। सो सारी कम्यूनिटी एक बार फिर तो इस चीज़ से बहुत बहुत बधाइया। We're here in front of the Guru Nanak Gurdwara and we just want to offer our congratulations to the Sikh community here in the city of Brampton. Together with council we were able to achieve this great renaming of the streets. That means that the Guru Nanak Gurdwara will forever be on Guru Nanak streets. And so it's our pleasure to make the community better work for all of its citizens and we're very proud of this decision. We want to thank Councillor Singh and Councillor Dillon for bringing this initiative to council and we want to thank all members of council and the mayor for supporting this and we support you always. Pakistan di journey ta kyunki sari Sikh history Pakistan de vich payi aa utthe ja ke tusi jithe khush mehsoos khush kismat mehsoos karde ho naal naal tuhanu is cheez da pashtawa vi hunda ke assi kithe raj karan wale sige ਅਤੇ ਹੁਣ ਸਾਡੇ ਕੋਲ ਕੱਖ ਵੀ ਨਹੀਂ ਹੈ ਅਸੀਂ ਸਾਰਾ ਕੁਝ ਲੂਜ਼ ਕਰ ਲਿਆ। ਚਲੋ ਉਹ ਤਾਂ ਹਿਸਟੋਰੀਕਲ ਦੌਰਾ ਸੀਗਾ ਅਤੇ ਜ਼ਿੰਦਗੀ ਦੇ ਵਿੱਚ ਇੱਕ ਵਾਰ ਹੋਣਾ ਚਾਹੀਦਾ ਸੀ। 550ਵਾਂ ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਪਾਤਸ਼ਾਹ ਦਾ ਜਿਸ ਕਦਰ ਦੁਨੀਆ ਦੇ ਉੱਤੇ ਮਨਾਇਆ ਜਾ ਰਿਹਾ ਬ੍ਰੈਂਪਟਨ ਸਿਟੀ ਆਫ ਬ੍ਰੈਂਪਟਨ ਨੇ ਵੀ ਇਹਦੇ ਵਿੱਚ ਬੜਾ ਵਧੀਆ ਯੋਗਦਾਨ ਪਾਇਆ ਕਿ ਸਾਡੀ ਇੱਥੇ ਇੱਕ ਸਟਰੀਟ ਦਾ ਨਾਂ ਗੁਰੂ ਨਾਨਕ ਸਟਰੀਟ ਅੱਜ ਰੱਖਿਆ ਜਾ ਰਿਹਾ। ਸੋ ਮੈਂ ਇੰਟਾਇਰ ਕੌਂਸਲ ਆਫ ਬ੍ਰੈਂਪਟਨ ਅਤੇ ਖਾਸ ਕਰਕੇ ਸਾਡੇ ਕੌਂਸਲਰ ਹਰਕੀਰਤ ਸਿੰਘ ਅਤੇ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਮੇਅਰ ਪੈਟਰਿਕ ਬਰਾਊਨ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹ ਇੱਕ ਗਿਫਟ ਆ ਜਿਹੜਾ ਕਿ ਸਿੱਖ ਕਮਿਊਨਿਟੀ ਨੂੰ ਉਹਨਾਂ ਨੇ ਅੱਜ ਦਿੱਤਾ। ਆਈ ਐਮ ਵੈਰੀ ਆਨਰਡ ਟੂ ਬੀ ਪਾਰਟ ਆਫ ਇਟ ਟੂਡੇ। ਸਭ ਤੋਂ ਪਹਿਲਾਂ ਮੈਂ ਸਮੁੱਚੇ ਸਿੱਖ ਜਗਤ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੀ ਲੱਖ ਲੱਖ ਵਧਾਈ ਦਿੰਦਾ ਜਿਹੜਾ ਕਿ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਬੈਠੇ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ। ਅੱਜ ਖਾਸ ਤੌਰ 'ਤੇ ਬ੍ਰੈਂਪਟਨ ਦੇ ਵਿੱਚ ਜਿਹੜਾ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਹੈ ਇਸ ਦੇ ਸਾਹਮਣੇ ਜਿਹੜੀ ਸਟਰੀਟ ਸੀਗੀ ਉਹਦਾ ਨਾਂ ਬਦਲ ਕੇ ਗੁਰੂ ਨਾਨਕ ਦੇਵ ਜੀ ਰੱਖਿਆ ਗਿਆ। ਅਤੇ ਮੈਂ ਸਮਝਦਾ ਇਸ ਦੀ ਸਮੁੱਚੇ ਸਿੱਖ ਜਗਤ ਨੂੰ ਜੋ ਕਿ ਖਾਸ ਤੌਰ 'ਤੇ ਬ੍ਰੈਂਪਟਨ ਦੇ ਵਿੱਚ ਰਹਿੰਦੇ ਆ ਲੱਖ ਲੱਖ ਵਧਾਈ ਹੋਵੇ ਅਤੇ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬ੍ਰੈਂਪਟਨ ਦੇ ਵਿੱਚ ਹੋਰ ਵੀ ਅਜਿਹੇ ਕੰਮ ਹੋਣ ਜਿਸ ਦੇ ਨਾਲ ਨਾ ਸਿਰਫ ਪੰਜਾਬੀ ਭਾਈਚਾਰੇ ਦਾ ਬਲਕਿ ਸਾਊਥ ਏਸ਼ੀਅਨ ਭਾਈਚਾਰੇ ਦਾ ਅਤੇ ਕੈਨੇਡੀਅਨ ਭਾਈਚਾਰੇ ਦਾ ਨਾਂ ਬ੍ਰੈਂਪਟਨ ਦੇ ਵਿੱਚ ਹੋਰ ਵੀ ਉੱਚਾ ਹੋਵੇ ਅਤੇ ਬ੍ਰੈਂਪਟਨ ਦਾ ਨਾਂ ਜਿਹੜਾ ਹੈਗਾ ਉਹ ਵਰਲਡ ਮੈਪ 'ਤੇ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਬ੍ਰੈਂਪਟਨ ਵੀ ਇੱਕ ਬਹੁਤ ਵਧੀਆ ਸ਼ਹਿਰ। ਸੋ ਇੱਕ ਵਾਰੀ ਫਿਰ ਮੈਂ ਸਮੁੱਚੇ ਸਾਰੇ ਹੀ ਦਰਸ਼ਕਾਂ ਨੂੰ ਇਸ ਮੌਕੇ 'ਤੇ ਲੱਖ ਲੱਖ ਵਧਾਈ ਦਿੰਦਾ। ਸਿੰਘਕੌਰ ਸਿੰਘ ਤੁਹਾਡਾ ਅਤੇ ਤੁਹਾਡੇ ਟੀ ਵੀ ਪ੍ਰੋਗਰਾਮ ਦਾ ਜਿਹੜੇ ਕਿ ਤੁਸੀਂ ਬਹੁਤ ਸਾਰੇ ਟੀ ਵੀ ਪ੍ਰੋਗਰਾਮ ਦਿੰਦੇ ਹੋ ਚੜ੍ਹਦੀ ਕਲਾ ਹੈ ਵਿਜ਼ਨ ਹੈ ਸਾਂਝਾ ਟੀ ਵੀ ਪ੍ਰੋਗਰਾਮ। ਸੋ ਤੁਹਾਡੇ ਇੰਨੇ ਪ੍ਰੋਗਰਾਮ ਟੀ ਵੀ ਪ੍ਰੋਗਰਾਮ ਕੋਈ ਨਾਂ ਵੀ ਲੈਣੇ ਔਖੇ ਇੰਨੇ ਪ੍ਰੋਗਰਾਮ। ਸੋ ਤੁਸੀਂ ਬਹੁਤ ਸੇਵਾ ਕਰਦੇ ਹੋ
ਆਪਣੇ ਮੀਡੀਆ ਰਾਹੀਂ ਜਿੱਥੇ ਕਿ ਤੁਸੀਂ ਪੰਜਾਬ ਦੇ ਵਿੱਚ ਵੀ ਇਸ ਮੀਡੀਆ ਦਾ ਜਿਹੜਾ ਅੱਜ ਦਾ ਪ੍ਰੋਗਰਾਮ ਆ ਜਾਂ ਹੋਰ ਕੋਈ ਪ੍ਰੋਗਰਾਮ ਹੁੰਦੇ ਆ ਉਹਨਾਂ ਨੂੰ ਉੱਥੇ ਵੀ ਰਿਲੀਜ਼ ਕਰਦੇ ਹੋ, ਜਿਹੜੇ ਪੰਜਾਬੀ ਲੋਕ ਜਾਂ ਸਾਊਥ ਏਸ਼ੀਅਨ ਲੋਕ ਜਿਹੜੇ ਭਾਰਤ 'ਚ ਰਹਿੰਦੇ ਆ ਉਹਨਾਂ ਨੂੰ ਵੀ ਇਸ ਤਰ੍ਹਾਂ ਦਾ ਜਿਹੜਾ ਇਹ ਮੌਕਾ ਵੇਖਣ ਦਾ ਮਿਲਦਾ, ਜਿਹੜੇ ਕਿ ਇੱਥੇ ਨਹੀਂ ਆ ਸਕਦੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਹਰੇਕ ਇਸ਼ੂ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਪੇਸ਼ ਕਰਦੇ ਹੋ ਔਰ ਸੰਗਤਾਂ ਤੱਕ ਲੋਕਾਂ ਤੱਕ ਪਹੁੰਚਾਉਂਦੇ ਹੋ। ਧੰਨਵਾਦ। ਚੜ੍ਹਦੀ ਕਲਾ ਟਾਈਮ ਟੀਵੀ ਲਈ ਬ੍ਰੈਂਪਟਨ ਤੋਂ ਚਮਕੌਰ ਮਾਛੀਕੇ ਦੀ ਰਿਪੋਰਟ। ਨੌਰਥ ਅਮਰੀਕਾ ਨਿਊਜ਼ ਵਿੱਚ ਬਸ ਇੰਨੇ ਹੀ, ਹੁਣ ਤੁਸੀਂ ਮੈਨੂੰ ਮਨਦੀਪ ਕੌਰ ਖਾਲਸਾ ਨੂੰ ਦਿਓ ਆਗਿਆ। ਧੰਨਵਾਦ ਜੀ।